ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਅਠਵਾਲ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਸਾਹਿਬ। ਇਸ ਘਰ 'ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ, ਅੱਜ ਫੇਰ ਪਹੁੰਚੇ ਹਾਂ। ਅੱਜ ਭਾਜੀ ਹੋਣਾਂ ਨੇ ਟੋਟਲ 7 ਪਸ਼ੂ ਸੇਲ ਕਰ ਰਹੇ ਹਾਂ, ਜਿਨ੍ਹਾਂ ਵਿੱਚੋਂ 2 ਤਾਜ਼ੀਆਂ ਸੂਈਆਂ ਝੋਟੀਆਂ ਬਹੁਤ ਹੀ ਸੋਹਣੀਆਂ ਸੁਰੱਖੀਆਂ, ਅਤੇ 3 ਗੱਭਣਾਂ ਟੌਪ ਦੀਆਂ, ਅਤੇ 2 ਵੈੜਾਂ। ਬਹੁਤ ਹੀ ਵਧੀਆ ਕੁਆਲਿਟੀ ਦੇ ਪਸ਼ੂ ਆ। ਆਹ ਦਿਖਾਉਣੀ ਇੱਕ ਪੂਰੀ ਨੀਲੀ ਰਾਵੀ ਦੀ ਆਪਾਂ ਟੌਪ ਦੀ ਝੋਟੀ ਆ, ਸਾਰੀਆਂ ਨਿਸ਼ਾਨੀਆਂ ਪੂਰੀਆਂ, ਤਿਲ ਵੀ ਹੈਗੇ ਆ, ਪੂਰੀ ਵੀ ਆ, ਅਤੇ ਨੀਲੀ ਰਾਵੀ ਦੇ ਵਿੱਚ ਵੀ ਪੱਖ ਰੱਖਦੀ ਆ, ਅਤੇ ਮੁੱਲ ਬਿਲਕੁਲ ਜਾਇਜ਼ ਹੋਣਗੇ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਏ ਸਵਾਏ ਪਸ਼ੂ ਨੂੰ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਭਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ। ਆਪਾਂ ਭਾਜੀ ਹੋਣਾਂ ਨਾਲ ਗੱਲਬਾਤ ਕਰਾਵਾਂਗੇ, ਇਹਨਾਂ ਦੀ ਡਿਟੇਲ ਲਵਾਂਗੇ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਪਿੰਡਰ ਸਾਹਿਬ, ਕੀ ਹਾਲ ਚਾਲ ਜੀ? ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ ਜੀ? ਬਸ ਵਧੀਆ, ਕਿਰਪਾ ਭਾਜੀ। ਅੱਜ ਕਿੰਨੀਆਂ ਆਪਣੇ ਕੋ? ਅੱਜ ਆਪਣੇ ਕੋ ਹੈਗੀਆਂ ਤੇ 10 ਹੀ ਭਾਜੀ। ਹਾਂਜੀ, 4 ਝੋਟੀਆਂ ਸੂਈਆਂ ਵੇਗੀਆਂ ਵਾ। ਅੱਛਾ, ਇਹਨਾਂ 'ਚ ਆਪਾਂ ਹੁਣ 5 ਪਾਵਾਂਗੇ, 2 ਸੂਈਆਂ ਪਾ ਲਾਂਗੇ, 3 ਗੱਭਣਾ, 2 ਵੈੜਾਂ ਪਾ ਦਾਂ। ਠੀਕ ਆ, ਤੇ 1 ਨੀਲੀ ਰਾਵੀ ਤੇ ਨਾਲੇ ਪੂਰੀ ਪੂਰੀ ਪਾਕਿਸਤਾਨੀ ਬਰੀਡ ਵਾ। ਤਿਲ ਵੀ ਹੈਗੇ ਸਾਰੀਆਂ ਨਿਸ਼ਾਨ ਸਾਰੀਆਂ, ਮੈਂ ਨਾ ਗੱਭਣ ਆ, ਇਦਾਂ ਬਹਿ ਜਾਓ ਥੱਲੇ। ਠੀਕ ਆ, ਠੀਕ ਆ। ਆਖੋ ਠੰਡੀ ਧੀਰੀ ਵੀ ਨਾਲ ਹੀ? ਠੰਡੀ ਧੀਰੀ 14-15 ਕਿਲੋ ਰਿਕਾਰਡ ਆ ਭਾਜੀ ਪਹਿਲਣ ਦਾ, ਤੇ ਸੂਆ ਵੀ ਦੂਜਾ। ਸੂਆ ਦੂਜਾ, ਠੀਕ ਆ। ਤੇ ਐਡਰੈਸ ਦੱਸ ਦਈਏ ਆਪਾਂ? ਐਡਰੈਸ ਭਾਜੀ ਦੱਸ ਦਿੰਨੇ ਵੀਰਾਂ ਨੂੰ। ਦੱਸੋ ਜੀ ਭਾਜੀ, ਨਾਗੀਆਣਾ ਸਾਹਿਬ ਉਦੋਗਿਆ ਲਾਗੇ ਅਠਵਾਲ ਪਿੰਡ ਆ। ਹਾਂਜੀ, ਮਿੱਟੇ ਚੌਕ ਤੋਂ ਪੈਂਦਾ ਜੇ 6 ਕਿਲੋਮੀਟਰ। ਹਾਂਜੀ, ਬਟਾਲੇ ਤੋਂ ਪੈਂਦਾ ਜੇ 10। ਠੀਕ ਆ। ਅੰਮ੍ਰਿਤਸਰ ਮੇਰਾ ਜ਼ਿਲ੍ਹਾ ਵਾ ਜੀ, ਬਲਾਕ ਤਰਸਿੱਕਾ ਜੀ, ਤਹਿਸੀਲ ਬਾਬਾ ਬਕਾਲਾ। ਠੀਕ ਆ ਜੀ। ਹਾਂਜੀ, ਨਾਮ ਕੀ ਆ ਜੀ ਆਪਣਾ? ਮੇਰਾ ਰਾਣਾ ਭਾਜੀ। ਫੋਨ ਨੰਬਰ ਦੱਸ ਦਿਓ ਜੀ। 9779-97-14-340। ਤੇ ਪਹਿਲਾ ਮਾਲ ਕਿੱਥੇ ਕਿੱਥੇ ਕਰਤਾ ਜੀ? ਪਹਿਲਾ ਮਾਲ ਮਾਲਕ ਦੀ ਕਿਰਪਾ ਵਾ ਵੀਰ, ਬੜੀ ਬੜੀ ਦੂਰੋਂ ਆਏ। ਠੀਕ ਆ। ਜੀਰਕਪੁਰ, ਮੁਕਤਸਰ, ਠੀਕ ਆ, ਪਟਿਆਲਾ। ਨਾਰਾਜ਼ ਤਾਂ ਨਹੀਂ ਕੀਤਾ ਕਿਸੇ ਨੂੰ? ਨਹੀਂ ਵੀਰ ਜੀ, ਨਹੀਂ। ਠੀਕ ਆ ਵੀਰ ਭਰਾ, ਸਾਨੂੰ ਫੋਨ ਕਰ ਦਿੰਦੇ ਰਾਣੇ ਭਾਗੋ, ਮੱਝਾਂ ਬਹੁਤ ਸੋਹਣੀਆਂ ਹੁੰਦੀਆਂ ਵਾ ਭਾਜੀ, ਆਪਣੇ ਵੱਲੋਂ ਪੂਰਾ ਜ਼ੋਰ ਲਾਈਦਾ ਵੀ ਭੈਣ ਭਰਾ ਖੁਸ਼ ਜਾਵੇ। ਠੀਕ ਆ। ਆਂਦੇ ਵੀ ਅਸੀਂ 1 ਆਉਂਦੇ ਲੈਣ ਤੇ 2 ਲੈ ਜਾਈਦੀਆਂ ਕਈ ਵਾਰ। ਮੈਂ ਨਾ ਵੀ ਕਿਰਪਾ ਮਾਲਕ ਦੀ ਭੈਣ ਭਰਾ ਪਿਆਰ ਹੀ ਇੰਨਾ। ਠੀਕ ਆ, ਠੀਕ ਆ। ਹਾਂਜੀ, ਤੇ ਦਿਖਾਈਏ ਫਿਰ ਅੱਜ ਝੋਟੀ ਤੋਂ ਸ਼ੁਰੂਆਤ ਕਰੀਏ, ਨੀਲੀ ਰਾਵੀ ਤੋਂ। ਹਾਂਜੀ, ਨਾਲ ਬੁਰੀ ਵੀ ਆ ਤੇ ਨਾਲ ਨੀਲੀ ਰਾਵੀ ਆ। ਸੂਆ ਇਹਦਾ ਕਿੰਨਾ ਜੀ? ਸੂਆ ਭਾਜੀ ਦੂਜਾ, ਦੂਜਾ ਸੂਆ। ਤੋਰੀਏ ਨੂੰ ਨਾਲ ਨਾਲ ਤੋਰ ਕੇ ਦਿਖਾਈਏ ਇੱਕ ਵਾਰ, ਪਹਿਲਾਂ ਫੇ ਦੇ ਬਾਰੇ ਜਾਣਕਾਰੀ ਲੈਨੇ ਆ। ਦੂਜਾ ਸੂਆ ਦਿਨ ਕਿੰਨੇ ਲੈ ਜਾਣੇ ਇਹਨੇ? ਦਿਨ ਭਾਜੀ 5 ਲੈ ਜੂਗੀ। 5 ਦਿਨ ਲੈ ਜੂ। ਕੱਦ ਕਾਠ ਵੀ ਸੋਹਣਾ, ਫੇਸ ਕੁਆਲਿਟੀ ਵੀ ਚੰਗੀ, ਸਿੰਘ ਨਿਗਾ ਨਿਗਾ। ਆਹ ਵੇਖੋ ਨਿਸ਼ਾਨੀਆਂ ਪੂਰੀਆਂ, ਜਿਹੜੀਆਂ ਕਹਿ ਦਿੰਦੇ ਤਿਲਾਂ ਵਾਲੀ ਬੂਰੀ, ਕਰਮਾਂ ਵਾਲੀ ਹੁੰਦੀ ਆ। ਇਹ ਪਾਕਿਸਤਾਨ ਵਾਲਿਆਂ ਕੋ ਬੂਰੀ ਨੀਲੀ ਦਾ ਵੀ ਲੱਭਦੀ ਆ, ਆਪਣੇ ਤੇ ਲੱਭਦੀ ਨਹੀਂ ਬੂਰੇ ਰੰਗ ਦੀ। ਅੱਛਾ ਅੱਛਾ, ਠੀਕ ਆ। ਚੱਲ ਪੁੱਤਾਂ ਨੂੰ ਚੱਲ, ਆਹ ਵੇਖੋ ਜੀ ਬਾਕੀ ਢਿੱਲਾਂ ਹਵਾਨੇ ਦੀਆਂ, ਤੁਸੀਂ ਆਪ ਵੇਖ ਲਓ ਬੜੀਆਂ ਸੋਹਣੀਆਂ ਵਾ। ਦਿਨ ਕਿੰਨੇ ਲੈ ਜੂਗੀ? ਦਿਨ ਭਾਜੀ 5 ਲੈ ਜੂਗੀ। 5 ਦਿਨ ਲੈ ਜੂਗੀ, ਪੂਰੀ ਕਾਇਮ ਆ। ਆਹ ਵੇਖੋ, ਡਰਨਾ ਡਰਨਾ ਵੀ ਕਹਿੰਦੀ ਐਵੇਂ ਨਾ ਜਾਣਿਓ, ਮੈਂ ਖਿੱਚ ਕੇ ਵੀ ਲੈ ਜੂਗੀ। ਮੈਂ ਨਾ ਆਹ ਵੇਖੋ ਜਾਨ ਚ ਪੂਰੀ ਆ, ਡਰਦੀ ਇਹਨੂੰ, ਇਹ ਵੀ ਪਤਾ ਨੀ ਮੈਨੂੰ ਕੀ ਕਰ ਦੇਣਾ ਵਾ। ਤੇਰੀ ਵੀਡੀਓ ਬਣਾਉਣੇ ਅਸੀਂ ਕਰਮਾਂ ਵਾਲੀ ਆ, ਤੈਨੂੰ ਦੂਰ ਦਰੇਡੇ ਘੱਲਣਾ। ਆਹ ਵੇਖੋ ਥਣ ਥੁਣ ਵੇਖੋ ਇਹਦਾ ਕਿੱਡਾ ਸੋਹਣਾ ਲੱਗਾ।
ਹਵਾਨੇ ਦੇ ਢਿੱਲਾਂ ਪੂਰੀਆਂ ਚੰਗੀਆਂ। ਕਰੋ ਚੈੱਕ, ਤਿਲ ਵੀ ਸਾਰੇ ਸਰੀਰ ਦੇ ਹੈਗੇ ਜੇ ਨਿੱਕੇ ਨਿੱਕੇ, ਆਹ ਵੇਖ ਲਓ ਉੱਤੇ ਵੇਖ ਸਕਦੇ ਹਾਂ ਤਿਲ, ਪੈਰ ਚਾਰੇ ਚਿੱਟੇ, ਪੂਛ ਚਿੱਟੀ, ਨਾਸ ਵੀ ਚਿੱਟੀ ਤੇ ਮੱਥਾ ਵੀ ਚਿੱਟਾ, ਆਹ ਵੇਖੋ। ਠੀਕ ਆ, ਤੇ ਦੁੱਧ ਭਾਜੀ ਕਿੰਨਾ ਚਵਾਊ ਇਹ? ਦੁੱਧ ਭਾਜੀ 15 ਕਿਲੋ, 15-16 ਕਿਲੋ ਆਰਾਮ ਨਾਲ ਚਵਾਊਗੀ ਝੋਟੀ। ਖਾਣ ਲੇਵਾ ਵੇਖੋ, ਖਾਣ ਥੁਣ ਵੀ ਚੰਗਾ, ਤੇ ਏਦਾਂ ਹੀ ਬਹਿ ਜਾਂਦੇ ਤੁਸੀਂ ਤੇ ਕੋਈ ਏਦਾਂ ਏਦਾਂ ਹੀ ਮੈਂ ਨਾ ਬਹਿ ਜਾਓ, ਭਾਵੇਂ ਨਿੱਕੇ ਨਿੱਕੇ ਨਿਆਣੇ ਬਹਾਲ ਲਓ ਥੱਲੇ, ਜਿੰਨੀ ਯਾਰਾ ਮਰਜ਼ੀ ਹੋ ਵੀ, ਮੈਂ ਨਾ ਵੀਰ ਜੀ ਮੰਜਾ ਡਾ ਕੇ ਸੌ ਜਾਓ ਥੱਲੇ, ਗੱਲ ਹੀ ਕੋਈ ਨਹੀਂ, ਚੱਕਰ ਹੀ ਕੋਈ ਨਹੀਂ, ਜਿੱਦਾਂ ਮਰਜ਼ੀ ਥੱਲੇ ਬੈਠੇ ਰਹੋ। ਆਹ ਵੇਖੋ ਥਾਣ ਬਹੁਤ ਸੋਹਣਾ ਲੱਗਾ ਵਾ, ਥਾਣ ਥੁਣ ਓਕੇ ਵੀਰ ਜੀ? ਮੈਂ ਨਾ ਪਿੰਡਰ ਸਾਹਿਬ ਬਿਲਕੁਲ ਠੀਕ। ਹਾਂਜੀ ਹਾਂਜੀ ਹਾਂਜੀ, ਏਦਾਂ ਵਹਿਣਾ ਥੱਲੇ ਬਹਿ ਜਾਂਦੇ ਆ ਦੁਨੀਆ। ਹਾਂਜੀ ਠੀਕ ਆ, ਤੇ ਇਹਦਾ ਮੁੱਲ? ਇਹਦਾ ਮੁੱਲ 97 ਪਿੰਡਰ ਜੀ। ਮਾਣ ਤਾਣ? ਮਾਣ ਤਾਣ ਕਰਾਂਗੇ, 1000 ਰੁਪਇਆ ਛੋਟ ਕਰਾਂਗੇ ਜਿਹੜਾ ਭੈਣ ਭਰਾ ਵੀਡੀਓ ਵੇਖ ਕੇ ਆਉ। 96 ਦੀ? ਹਾਂਜੀ। ਆਹ ਵੇਖ ਲਓ ਜੀ, ਲੱਖ ਨੀ ਜੇ ਕੀਤਾ, ਪੂਰਾ ਅੰਦਰ ਕਰਤਾ ਜੇ ਕੰਮ, ਤੇ ਹੁਣ ਸਿੱਧੀ ਸਾਈ ਪਾ ਦਿਓ। ਆਹ ਦੂਜੇ ਨੰਬਰ ਤੇ ਆ ਗਈ? ਹਾਂਜੀ ਭਿੰਡਰ ਸਾਹਿਬ। ਠੀਕ ਆ, ਇਹਦਾ ਸੂਆ ਕਿੰਨਵਾ ਜੀ? ਇਹਦਾ ਸੂਆ ਤੀਸਰਾ ਭਾਜੀ, ਤੀਸਰਾ ਸੂਆ। ਠੀਕ ਆ, ਤੇ ਕਿੰਨਾ ਕੁ ਦੁੱਧ ਚਵਾਇਆ ਇਹਨੇ? ਇਹਦੇ ਭਾਜੀ 18 ਕਿਲੋ ਦੀ ਗਰੰਟੀ ਆ। 18 ਕਿਲੋ ਦੀ ਗਰੰਟੀ, ਕੱਦ ਕਾਰਡ ਚੈੱਕ ਕਰ ਲਓ ਜੀ, ਪੂਰਾ ਵੱਡਾ ਲੱਗ ਕੇ ਖਲੋਇਓ ਭਾਜੀ, ਮੜਾ ਜਾ ਦੇ, ਪੂਰੀ ਵੱਡੀ ਆ, ਛੋਟੀ ਨੀ ਗੀ, ਕੱਦ ਕਾਰਡ ਬਹੁਤ ਵੱਡਾ, ਤੋਰੋ ਇਹਨੂੰ ਜੀ। ਆਹ ਵੇਖੋ ਫੇਸ ਕੁਆਲਿਟੀ ਵੀ ਚੈੱਕ ਕਰ ਲਿਓ, ਵਜਨ ਵਾਲੀ ਪੂਰੀ ਆ ਜੀ। 18 ਕਿਲੋ ਦੁੱਧ ਇਹਨੇ ਚਵਾਇਆ। ਆ ਜਾਓ ਆ ਜਾ, ਕੁਛ ਨੀ ਕਹਿਣਾ ਮੈਂ ਤੈਨੂੰ ਪੁੱਤ, ਆ ਜਾ। ਆ ਵੇਖੋ ਵਜਨ ਚੈੱਕ ਕਰੋ ਜੀ, ਦਿਨ 4 ਤੋਂ 5, 4-5 ਦਿਨ ਆਰਾਮ ਨਾਲ ਲੈ ਜੂ, 4-5 ਦਿਨ ਲੈ ਜੂਗੀ, ਪੂਰੀ ਵੱਡੀ ਆ, ਸੋਹਣੀ ਸੁਨੱਖੀ ਇਹ ਵੀ ਪੂਰੀ ਆ ਜੀ। ਲੈ ਜਾਓ, ਕੋਈ ਨੀ ਕੋਈ ਨੀ, ਲੈ ਜਾਓ, ਕਾਲ ਪੈਂਦਾ ਡੰਗਰ, ਧੋਪਿਆ ਬਾਹਰ, ਗਰਮੀ ਬੜੀ ਆ, ਗਰਮੀ ਲੱਗਦੀ ਬਾਹਰ ਇਹਨਾਂ ਨੂੰ। ਆਹ ਵੇਖੋ ਬਾਕੀ ਬਣਨੀ ਬੁਣਨੀ ਚੰਗੀ ਆ, ਢਿੱਲਾਂ ਹਵਾਨੇ ਜੇ ਤੁਸੀਂ ਆਪ ਵੇਖ ਸਕਦੇ ਆ। ਆਹ ਵੇਖੋ ਥਾਣ ਬਹੁਤ ਸੋਹਣੇ ਲੱਗੇ ਆ ਜੀ, ਠੰਡੀ ਇਹ ਵੀ ਗਾਈਆਂ ਗੋਈਆਂ, ਠੀਕ ਆ, ਠੰਡੀ ਆ ਵੀ। ਆਹ ਵੇਖੋ ਜੀ, ਕਰੋ ਚੈੱਕ, ਐਕਾਂ ਵੀ 18 ਲੀਟਰ ਚਵਾਊਗੇ, ਵੱਧ ਚਵਾਊਗੀ, ਸੇਵਾ ਕਰਨ ਵਾਲਾ ਚਾਹੀਦਾ, ਭਾਅ ਵੱਧ ਵੀ ਚਵਾ ਸਕਦੀ। ਠੀਕ ਆ ਜੀ ਠੀਕ ਆ, ਇਹਦਾ ਮੁੱਲ ਕਿੰਨਾ ਕਰੀਏ? ਇਹਦਾ ਮੁੱਲ 1.25 ਕਰ ਦਿਓ ਭਾਜੀ, ਮਾਣ ਤਾਣ ਮੌਕੇ ਤੇ ਕਰਾਂਗੇ ਜ਼ਰੂਰ, ਖੁੱਲਾ ਕਰ ਦੋਗੇ ਕਿ ਹਿਸਾਬ ਨਾ ਹੀ? ਨਹੀਂ ਕਰਾਂਗੇ ਜਾਇਜ਼ ਭਾਜੀ, ਕੋਈ ਗੱਲ ਨਹੀਂ। ਠੀਕ ਆ, ਬਾਕੀ ਜਿਹਨੂੰ ਪਸੰਦ ਆਵੇ ਫੋਨ ਲਾਵੇ, ਬਾਕੀ ਕੱਦ ਵਜਨ ਵੱਲੋਂ ਬਹੁਤ ਚੰਗੀ ਵੱਡੀ ਆ, ਮਾਝ ਛੋਟੀ ਨਾ ਸਮਝਿਓ ਕੋਈ ਵੀ। ਆਹ ਵੇਖੋ ਜੀ ਪੂਰੀ ਤਗੜੀ ਆ, ਆਹ ਤੀਜੇ ਨੰਬਰ ਵਾਲੀ ਜਿਹੜੀ? ਹਾਂਜੀ ਭਾਜੀ, ਇਹ ਗੱਬਣ ਆ ਭਾਜੀ, ਗੱਬਣ ਗੱਬਣ। ਠੀਕ ਆ, ਦੂਜੇ ਸੂਏ ਸੁਣਾ ਇਹਨੇ, ਦਿਨ ਕਿੰਨੇ ਲੈ ਜੂ? ਦਿਨ 6 ਲੈ ਜੂ ਭਾਜੀ, 6 ਦਿਨ ਲੈ ਜੂ, ਬਾਕੀ ਇਹ ਵੀ ਸੋਹਣੀ ਸੀਲ ਠੰਡੀ ਆ, ਜਿੱਦਾਂ ਮਰਜ਼ੀ ਕੋਈ ਗੱਲ ਨਹੀਂ। ਆਹ ਵੇਖੋ ਥਾਣੇ ਦਾ ਵੀ ਚੰਗਾ ਲੱਗਾ, ਵੇਖੋ ਕੁਆਲਿਟੀ ਚੈੱਕ ਕਰੋ, ਬਾਕੀ ਠੰਡੀਆਂ ਧੀਰੀਆਂ ਵਾ। ਆਹ ਵੇਖੋ ਜਿੱਦਾਂ ਮਰਜ਼ੀ ਗੱਬਣਾਂ ਦੇ ਥੱਲੇ ਵੀਰ ਬੈਠਾ ਵਾ, ਸੂਣ ਤੋਂ ਬਾਅਦ ਵੀ ਇੱਦਾਂ ਹੀ ਰਹਿਣਾ ਇਹਨਾਂ। ਪਿੰਡਰ ਸਾਹਿਬ ਮੁਕਤਸਰ ਏਰੀਆ ਵੱਲੋਂ ਭੈਣਾਂ ਫੋਨ ਕਰਦੀਆਂ, ਠੰਡੀਆਂ ਝੋਟੀਆਂ ਕਰ ਲਓ। ਠੀਕ ਆ, ਇੱਕ ਮੇਰੀ ਭੈਣ ਨੇ 2 ਮੰਗਾਈਆਂ, ਉਹਨੇ 4 ਹੋਰ ਮੰਗਾਈਆਂ, 6 ਗਈਆਂ ਜੀ ਉਹਨਾਂ ਦੀ, ਤੋਰੀਏ ਇਹਨੂੰ ਵੀ। ਫੇਸ ਕੁਆਲਿਟੀ ਇਹਦੀ ਵੀ ਚੰਗੀ, ਸਿੰਗ ਪੂਰਾ ਕੁੰਡਾ, ਕੱਦ ਕਾਠ ਇਹਦਾ ਵੀ ਸੋਹਣਾ, ਥਣ ਬੜਾ ਸੋਹਣਾ ਲੱਗਾ, ਗੋਲ ਮੋਲ ਥਣ ਲੱਗਾ ਇਹਨੂੰ। ਆਹ ਵੇਖੋ ਜੀ ਹਵਾਨਾ ਵੀ ਬੜਾ ਸੋਹਣਾ ਤਿਆਰ ਕਰਨਾ, ਸਿੰਗ ਦੀ ਕੁਆਲਿਟੀ, ਫੇਸ ਦੀ ਕੁਆਲਿਟੀ, ਬੇਲ ਕਾਫੀ ਲੰਮੀ ਆ ਜੀ ਇਹਦੀ। ਦਿਨ ਕਿੰਨੇ ਲੈ ਜਾਣੇ ਇਹਨੇ? ਦਿਨ 7 ਲੈ ਜੂ ਭਾਜੀ, 7 ਦਿਨ ਲੈ ਜੂ, ਬਾਕੀ ਰੰਗ ਕਾਲਾ ਹੀ ਆ ਸਾਰਾ ਕਿ ਹੈਗਾ, ਵਾਲ ਕੋਈ ਚਿੱਟਾ ਇਹ 'ਚ?
ਨਹੀਂ ਭਾਜੀ ਕਾਲੀ ਇੱਕ ਰੰਗ ਬਿਲਕੁਲ ਕਾਲੀ ਆ ਬਿਲਕੁਲ ਬਰੂਦ ਠੀਕ ਆ ਠੀਕ ਆ ਲੈ ਜਾਓ ਸਿੰਘ ਵੀ ਬਹੁਤ ਸੋਹਣਾ ਵਾ ਇਹਦਾ ਵਜਨ ਵਾਲੀ ਆ ਜੀ ਇਹ ਵੀ ਆਹ ਵੇਖੋ ਕੈਮ ਆ ਤੇ ਦੁੱਧ ਕਿੰਨਾ ਚਵਾ ਜੂਗੀ ਇਹ ਦੁੱਧ ਭਾਜੀ 14-15 ਕਿਲੋ ਚਵਾਊਗੀ ਆ 14-15 ਕਿਲੋ ਦੁੱਧ ਚਵਾ ਜੂਗੀ ਇਹ ਠੀਕ ਆ ਜੈਡ ਬਲੈਕ ਨਾਲ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਪੂਰਾ 1,00,000 ਮਾਣ ਤਾਣ ਕਰਾਂਗੇ ਭਾਜੀ ਮੌਕੇ ਤੇ ਨਾ ਹੋ ਜੂਗੀ ਛੋੜ ਜਿਹਨੂੰ ਪਸੰਦ 3,000 ਰੁਪਇਆ ਛੋੜ ਕਰ ਦੂੰਗਾ ਮੌਕੇ 97,000 ਦੀ ਹਾਂਜੀ ਠੀਕ ਆ ਬਾਕੀ ਫੋਨ ਲਾਵੇ ਕੋਈ ਹਨਾ ਮੌਕੇ ਤੇ ਮਾਣ ਤਾਣ ਛੋੜ ਹੋਰ ਹੋ ਜੂਗੀ ਆ ਵੇਖੋ ਜਿਹਨੂੰ ਪਸੰਦ ਆਵੇ ਫੋਨ ਕਰਿਓ ਆ ਕੇ ਸੂਈ ਆ ਗਈ ਇਹ ਸੂਈ ਆ ਭਾਜੀ ਠੀਕ ਆ ਇਹ ਕੱਲ ਦੀ ਸੂਈ ਜੇ ਬੱਚਾ ਕੀ ਮਗਰੇ ਦੇ ਕੱਟੀ ਆ ਨੀਲੀ ਰਾਵੀ ਦੀ ਆਵੇ ਆ ਨੀਲੀ ਰਾਵੀ ਉਹ ਨੀਲੀ ਰਾਵੀ ਦੀ ਆ ਵੇਖੋ ਕੱਟੀ ਮਗਰ ਆ ਸੋਹਣੀ ਕੱਟੀ ਆ ਜੀ ਲੈ ਜਾਓ ਤੋਰੋ ਇਹਨੂੰ ਸਿੰਘ ਇਹਦਾ ਵੀ ਸੋਹਣਾ ਫੇਸ ਕੁਆਲਿਟੀ ਇਹਦੀ ਵੀ ਚੰਗੀ ਆ ਲੈ ਜਾਓ ਵੀਰ ਜੀ ਲੈ ਜਾਓ ਕੋਈ ਨੀ ਕੱਟੀ ਵੀ ਨੀਲੀ ਰਾਵੀ ਦੀ ਸੋਹਣੀ ਆ ਬੇਲ ਝੋਟੀ ਦੀ ਇਹਦੀ ਵੀ ਚੰਗੀ ਆ ਆ ਵੇਖੋ ਥਾਣ ਸੋਹਣਾ ਲੱਗਾ ਜੀ ਇਹਨੂੰ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਇਹਦੇ ਕੋਲ ਬੋਲਾ ਭਾਜੀ 8 ਲੀਟਰ ਚ ਹੋਇਆ ਜੀ 8 ਲੀਟਰ ਬੋਲਾ ਇਸ ਟਾਈਮ ਤੇ ਹਾਂਜੀ ਕੱਲ ਦੀ ਸੂਈ ਸ਼ਾਮ ਦੀ ਅੱਛਾ ਕੱਲ ਦੀ ਸੂਈ ਆ ਠੀਕ ਆ ਥਣ ਸੋਹਣੇ ਲੱਗੇ ਆ ਜੀ ਇਹਨੂੰ ਵੇਖੋ ਕਰੋ ਚੈੱਕ ਬੱਚਾ ਮਗਰ ਨੀਲੀ ਦਾ ਆ ਗਿਆ ਇਹਦੇ 8 ਕਿਲੋ ਬੋਲਾ ਆ ਜੀ ਤੇ ਦੁੱਧ ਕਿੰਨਾ ਕੁ ਚਵਾਊਗੀ ਇਹ ਦੁੱਧ ਭਾਜੀ 12-13 ਕਿਲੋ ਚੋਇਆ ਇਹਦੇ ਕੋਲ ਪਹਿਲਣ ਕੋ ਅੱਛਾ 12-13 ਕਿਲੋ ਚੋਇਆ ਵਾ ਹਾਂਜੀ ਐਰ ਕੀ ਦੂਸਰਾ ਜੀ ਠੀਕ ਆ ਐਰਕਾਂ ਕਿੰਨਾ ਚਵਾ ਜੂਗੀ ਹੁਣ ਐਰਕਾਂ ਭਿੰਡਰ ਸਾਹਿਬ 14-15 ਕਿਲੋ ਚਵਾਊਗੀ ਠੀਕ ਆ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਇਹਦਾ ਮੁੱਲ 95 ਭਾਜੀ ਮਾਣ ਤਾਣ ਕਰ ਦਾਂਗੇ ਖੁੱਲਾ ਆ ਜੂਗਾ 5,000 ਰੁਪਇਆ ਮਾਣ ਤਾਣ 90 ਦੀ ਪੂਰੇ 90 ਬਾਕੀ ਕੋਈ ਫੋਨ ਲਾਵੇ ਹਨਾ ਹਾਂਜੀ ਜਿਹਨੂੰ ਵੀ ਪਸੰਦ ਹੋਵੇ ਕੋਈ ਗੱਲ ਨੀ ਮਾਣ ਤਾਣ ਹੋਰ ਹੋ ਜੂਗਾ ਵੀਰ ਕੋਲ ਝੋਟੀਆਂ ਆਉਂਦੀਆਂ ਰਹਿੰਦੀਆਂ ਚੰਗੀਆਂ ਤਾਂ ਦੋਤਾਂ ਆ ਜਿਹੜੀ ਆ ਭਿੰਡਰ ਸਾਹਿਬ ਇਹ ਕੱਲ ਸ਼ਾਮ ਦੀ ਸੂਈ ਜੇ ਲਾਸਟ ਪੀਸ ਹਾਂਜੀ ਬੱਚਾ ਪਿਓਰ ਮੋਰਾ ਦੀ ਕੱਟੀ ਮੰਗਦੇ ਕੱਟੀ ਬੜੀ ਸੋਹਣੀ ਇਹਦੀ ਹਨਾ ਠੀਕ ਆ ਤੋੜ ਲਓ ਇਹਨੂੰ ਵੀ ਤੇ ਕਿੰਨਾ ਇਹਦੇ ਕੋਲ ਬੋਲਾ ਹੋਣਾ ਇਹ ਬੋਲਾ ਭਾਜੀ 9-10 ਕਿਲੋ ਇਹਦੇ ਕੋਲ 9-10 ਕਿਲੋ ਇੱਕ ਸਿੰਘ ਤੋਂ ਖੋਖ ਲੱਥਾ ਇਹਦੇ ਹਾਂਜੀ ਠੀਕ ਆ ਹੈ ਦੁੱਧ ਵਾਲੀ ਬਾਕੀ ਐ ਐ ਬਾਕੀ ਸਾਰੀ ਚੰਗੀ ਆ ਜੀ ਦੁੱਧ 14-15 ਕਿਲੋ ਆਰਾਮ ਨਾਲ ਠੀਕ ਆ ਤੇ ਬਾਕੀ ਹਵਾਨਾ ਇਹਦਾ ਦਿਖਾਈਏ ਤੁਹਾਨੂੰ ਤਾਂ HF ਗਾਵਾਂ ਨੂੰ ਇਦਾਂ ਦੇ ਹਵਾਨੇ ਲੱਗੇ ਹੁੰਦੇ ਆ ਪੂਰਾ ਵੱਡਾ ਹਵਾਨਾ ਜੀ ਆਹ ਵੇਖੋ ਸੋਹਣੀ ਸੁਨੱਖੀ ਪੂਰੀ ਆ ਕਰੋ ਚੈੱਕ ਬਾਕੀ ਸੂਈ ਤਾਜ਼ੀ ਇਸ ਕਰਕੇ ਥੋੜਾ ਲਿੱਸਾ ਪਾਂਜਿਆ ਲੱਗਦਾ ਕੱਲ ਸ਼ਾਮ ਦੀ ਸੂਈ ਸੂ ਦੇ ਵਿੱਚ ਆ ਜਾਂਦਾ ਜਦੋਂ ਡੰਗਰ ਤੇ ਥੋੜਾ ਜਿਹਾ ਹੋ ਜਾਂਦਾ ਵਾ ਘੁਮਾ ਦੋ ਇਹਦਾ ਗੇੜਾ ਕਢਾ ਦੋ ਇੱਕ ਹਵਾਨਾ ਬਹੁਤ ਚੰਗਾ ਤਿਆਰ ਕੀਤਾ ਜੀ ਸੋਹਣੀ ਸੁਨੱਖੀ ਆ ਆ ਜਾਓ ਥਾਣ ਥੁਣ ਭਾਜੀ ਕਿੱਦਾਂ ਓਕੇ ਆ ਥਾਣ ਬਿਲਕੁਲ ਓਕੇ ਭਾਜੀ ਠੀਕ ਆ ਲੈ ਜਾਓ ਬੰਦ ਆ ਵੇਖੋ ਪੂਰੀ ਚੰਗੀ ਝੋਟੀ ਸੋਹਣੀ ਬੇਲ ਦੀ ਵਜਨ ਬਹੁਤ ਚੌੜੀ ਆ ਪਿਛੋਂ ਚੌੜੀ ਚੂੜੀ ਚੰਗੀ ਆ ਆ ਵੇਖੋ ਤੁਰਦੀ ਸੋਹਣਾ ਵਾ ਭਲਵਾਨਾ ਵਾਂਗੂ ਤੁਰਦੀ ਲੱਤਾਂ ਖੋਲ ਖੋਲ ਕੇ ਆ ਵੇਖੋ ਕਰੋ ਚੈੱਕ ਕਿੰਨਾ ਦੁੱਧ ਚਵਾ ਜੂ ਭਾਜੀ ਇਹ ਦੁੱਧ 15 ਕਿਲੋ ਭਾਜੀ 15 ਕਿਲੋ ਦੁੱਧ ਚਵਾਈ ਜਾਊਗੀ ਠੀਕ ਆ ਥਾਣ ਥੂਣ ਓਕੇ ਇਹਦੇ ਸਾਰੇ ਬਿਲਕੁਲ ਓਕੇ ਭਾਜੀ ਠੀਕ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 95 ਭਾਜੀ 95 ਮਾਣ ਤਾਣ ਕਰਾਂਗੇ ਜ਼ਰੂਰ ਕਰ ਦਿਓ ਥੋੜਾ ਬਹੁਤਾ ਹੈ 3,000 ਰੁਪਇਆ ਛੱਡ ਦਾਂਗੇ ਕਰ ਦਈਏ ਫਿਕਸ ਹੀ ਇਹਦਾ ਆ ਕੇ
92 ਹਾਂਜੀ ਛੋੜ ਕਰ ਦੋਗੇ? ਕਰਾਂਗੇ। ਠੀਕ ਆ, ਬਾਕੀ ਸੋਹਣੀ ਸੁਨੱਖੀ ਪੂਰੀ ਆ ਜੀ। ਠੀਕ ਆ, ਕਰਨੀ ਭਾਜੀ ਕੋਈ ਗੱਲਬਾਤ ਹੋਰ? ਵੈੜਾਂ ਭਾਜੀ, ਵੈੜਾਂ ਲਿਆਓ। ਚਲੋ ਵੈੜਾਂ। ਅੱਛਾ ਆਹ ਵੈੜ ਆ ਜੀ। ਹਾਂਜੀ। ਸੂਆ ਇਹਦਾ ਕਿੰਨਵਾਂ ਜੀ? ਦੂਸਰਾ ਭਾਜੀ। ਦੂਸਰਾ ਗੱਬਣ? ਗੱਬਣ। ਦਿਨ ਕਿੰਨੇ ਲੈ ਜੂ? ਦਿਨ 8। 8 ਦਿਨ ਲੈ ਜੂ। ਬਾਕੀ ਬਣਨਾ ਬੜੀ ਚੰਗੀ ਆ, ਸੋਹਣੀ ਪੂਰੀ ਆ ਵੀ। ਆਹ ਵੇਖੋ ਜੀ ਥਾਣ, ਵੇਖੋ ਇਹਦਾ ਕਿੰਨਾ ਸੋਹਣਾ ਲੱਗਾ। ਸੀਲ ਠੰਡੀ ਆ ਪਿੰਡਰ ਸਾਹਿਬ, ਭਾਵੇਂ ਇੱਦਾਂ ਰੱਸਾ ਸੁੱਟ ਕੇ ਬਹਿ ਜਾਓ ਥੱਲੇ। ਠੀਕ ਆ ਠੀਕ ਆ, ਹਮਾਨੇ ਚ ਵੀ ਢਿੱਲਾਂ ਚੰਗੀਆਂ। ਆਹ ਵੇਖੋ ਜੀ, ਕਰੋ ਚੈੱਕ ਥਾਣ, ਵੇਖੋ ਕਿੱਡਾ ਸੋਹਣਾ ਲੱਗਾ ਜੀ ਇਹਨੂੰ। ਤਾਰ ਵੀ ਬਹੁਤ ਪੁੱਲੀ। ਠੀਕ ਆ, ਆਹ ਵੇਖੋ ਜੀ ਕੁਆਲਿਟੀ ਚੈੱਕ ਕਰੋ, ਵੈੜ ਬਹੁਤ ਚੰਗੀ ਆ। ਆਹ ਵੇਖੋ ਥਾਣ ਥੁਣ ਬੜਾ ਸੋਹਣਾ ਲੱਗਾ ਜੀ, ਐ ਠੰਡੀ ਧੀਰੀ ਆ ਬਾਕੀ। ਆਹ ਵੇਖੋ ਤੇ ਚਵਾਈ ਭਾਜੀ ਕਿੱਦਾਂ ਦੀ, ਰੱਸੀ ਪਾ ਕੇ ਕਿੱਦਾਂ? ਬਿਨਾਂ ਰੱਸੀ ਤੋਂ। ਠੀਕ ਆ, ਸਹੀ ਆ। ਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਭਾਵੇਂ 55 ਕਰਾ ਲਓ। ਹਾਂਜੀ, 53 ਕਰਾ ਲਓ ਜੀ, ਪੂਰੇ 50 ਦੀ ਦੇ ਦਾਂਗੇ। ਮਾਣ ਤਾਣ ਛੋੜ ਕਰ ਦਾਂਗੇ ਭਾਜੀ, ਕਰ ਦਿਓ ਮੌਕੇ ਤੇ ਛੋੜ ਹੈ। ਆਹ ਵੇਖੋ ਚੰਗੀ ਸੋਹਣੀ ਸੁਨੱਖੀ। ਦੁੱਧ 20 ਕਿਲੋ ਚਵਾਈ ਜਾਊ ਜ਼ਿਆਦਾ? 20 ਕਿਲੋ ਆਰਾਮ ਨਾਲ ਭਾਜੀ, 20 ਕਿਲੋ ਆਰਾਮ, 20+ ਚਵਾਊਗੀ। ਦੂਜੀ ਵੈੜ ਵੀ ਇੱਧਰ ਹੀ ਆ? ਹਾਂਜੀ। ਆਹ ਵੇਖੋ ਜੀ 20+ ਦੁੱਧ ਚਵਾਈ ਜਾਊਗੀ, ਸੋਹਣੀ ਸੁਨੱਖੀ ਵੈੜ ਆ, ਕੈਮ ਆ ਪੂਰੀ। ਆੜੀ ਦੂਜੀ ਇਹ ਜਰਸੀ ਜਾ ਕੇ ਕਰਾਓ, ਇਹ ਸਾਈਵਾਲ ਕ੍ਰੋਸ ਹੈ ਭਾਜੀ, ਸਾਈਵਾਲ ਦੇ ਨਾਲ ਕ੍ਰੋਸ ਜਰਸੀ ਆ ਹਨਾ? ਹਾਂਜੀ। ਠੀਕ ਆ, ਸਾਈਵਾਲ ਤੇ ਜਰਸੀ ਮਿਕਸ ਆ ਇਹ? ਹਾਂਜੀ। ਠੀਕ ਆ ਠੀਕ ਆ, ਤੇ ਇਹ ਕਿੰਨੇ ਦੁੱਧ ਵਾਲੀ ਆ? ਇਹ 24 ਕਿਲੋ ਚ ਹੋਇਆ ਭਾਜੀ ਪੈਲਣ ਕੋਈ, ਬੇਲ ਬੜੀ ਲੰਮੀ ਇਹਦੀ। ਹਾਂਜੀ, ਇਹ ਜਿੱਦਾਂ ਕਹਿੰਦੇ ਨੀ ਕਈ ਵੀਰ, ਕਹਿੰਦੇ ਵੀ ਨਿੱਕਾ ਮੂੰਹ ਹੋਵੇ ਤੇ ਪਿੱਛੋਂ ਡੰਗਰ ਚੌੜਾ ਹੋਵੇ ਦੁੱਧ ਜ਼ਿਆਦਾ ਦਿੰਦਾ ਵਾ, ਉਹ ਚੀਜ਼ ਆ, ਮੂੰਹ ਇਹਦਾ ਨਿੱਕਾ ਵਾ ਪਿੱਛੋਂ ਵੱਡੀ ਆ। ਆ ਵੇਖੋ ਪਿੰਡਰ ਸਾਹਿਬ ਥਣ ਮੱਝਾਂ ਵਾਲਾ ਲੱਗਾ। ਹਾਂਜੀ, ਬਰੀਡ ਵਸ਼ੀ ਦੀ ਪੂਰੀ ਜਰਸੀ ਬਰੀਡ ਵਾ, ਜਰਸੀ ਕ੍ਰਾਸ। ਇਧਰ ਵੇਖੋ ਕੰਨ, ਵੇਖੋ ਨਿੱਕਾ ਨਿੱਕਾ। ਹਾਂਜੀ, ਕੰਨ ਨਿੱਕਾ ਵਾ ਜੀ, ਫੇਸ ਵੀ ਜਰਸੀ ਵਾਲਾ ਵਾ ਜੀ, ਥਣ ਬਹੁਤ ਸੋਹਣਾ ਲੱਗਾ। ਕੰਨ ਖਰਗੋਸ਼ ਵਾਲੇ ਲੱਗੇ ਇਹਨੂੰ, ਖਰਗੋਸ਼ ਵਰਗੇ ਕੰਨ, ਖਰਗੋਸ਼ ਇਦਾਂ ਦੇ ਕੰਨ ਹੁੰਦੇ, ਗਾਂ ਨੂੰ ਰੱਖਦਾ ਖਰਗੋਸ਼ ਕੰਨ ਹੈ। ਹਾਂਜੀ, ਤੇ ਦਿਨ ਕਿੰਨੇ ਲੈ ਜੂਗੀ? ਦਿਨ ਭਾਜੀ 8 ਲੈ ਜੂਗਾ ਜੀ। ਠੀਕ ਆ, 8 ਦਿਨ ਲੈ ਜੂਗੀ। ਠੀਕ ਆ, ਤੇ ਥਾਣ ਥੁਣ ਓਕੇ ਸਾਰੇ? ਬਿਲਕੁਲ ਓਕੇ। 8 ਦਿਨ ਲੈ ਜੂ, ਤੇ ਦੁੱਧ ਕਿੰਨਾ ਚਵਾ ਜੂ? 20 ਲੀਟਰ? 24 ਚੋਇਆ ਜੇ ਭਾਜੀ, ਅਰਗੀ 25+ ਜਾਊਗੀ। ਠੀਕ ਆ, ਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਤੁਸੀਂ ਦੱਸ ਦਿਓ ਜਾਇਜ਼ ਕਿੰਨਾ ਕਰਦੀ ਹੈ? ਨਹੀਂ, ਤੁਸੀਂ ਤੁਹਾਡੀ ਚੀਜ਼ ਆ ਜੀ, ਮੁੱਲ ਤੇ ਭਾਜੀ 55 ਕਰਦੇ ਆ। ਹਾਂਜੀ, ਪੂਰੇ 50 ਦੀ ਦੇ ਦਾਂਗੇ। ਮਾਣ ਤਾਣ ਛੋਟ ਕਰ ਦਾਂਗੇ ਭਾਜੀ, ਜਿਹੜਾ ਤੁਹਾਡੀ ਵੀਡੀਓ ਮੇਰੇ ਭਰਾ ਦੀ ਸ਼ੇਅਰ ਕਰਕੇ ਆਊਗਾ। ਹਾਂਜੀ, 1000 ਰੁਪਇਆ ਮੈਂ ਛੋਟ ਕਰੂੰਗਾ। 50,000 ਚੋਂ? 50,000 ਚੋਂ 1000 ਰੁਪਇਆ ਛੋਟ ਕਰਾਂਗੇ। ਠੀਕ ਆ ਜੀ, ਠੀਕ ਆ, ਸਹੀ ਆ। ਤੇ ਕਰਨੀ ਕੋਈ ਗੱਲਬਾਤ ਹੋਰ ਜੀ? ਗੱਲਬਾਤ ਭੈਣ ਭਰਾਵਾਂ ਦਾ ਬਹੁਤ ਮਾਣ ਵਾ, ਬਹੁਤ ਪਿਆਰ ਦਿੰਦੇ ਆ ਭੈਣ ਭਰਾ ਆਪਾਂ ਨੂੰ ਹਰ ਵੀਡੀਓ ਤੇ। ਹਾਂਜੀ, ਮੈਂ ਵੀਰ ਜੀ ਇਹੋ ਆਨਾ ਵਾ ਵੀ ਕੋਈ ਵੀ ਮੇਰਾ ਭੈਣ ਭਰਾ ਵੀਡੀਓ ਪਾਉਂਦਾ ਵਾ, ਜਾਂ ਕੋਈ ਵਪਾਰੀ ਆ ਜਾਂ ਘਰ ਵਾਲਾ ਵਾ, ਸੱਚ ਦੱਸੋ ਭਾਜੀ, ਜੇ ਕੋਈ ਥਣ ਚ ਕੋਈ ਗੱਲਬਾਤ ਆ ਜੀ, ਤਾਂ ਵੀ ਭੈਣ ਭਰਾਵਾਂ ਨੂੰ ਪਹਿਲਾਂ ਦੱਸਾਂਗੇ। ਬਿਲਕੁਲ, ਪਿਛਲੀ ਵੀਡੀਓ ਚ 8 ਤਰੀਕ ਵਾਲੀ ਚ ਭਾਜੀ, ਜੇ ਮੇਰੀ ਝੋਟੀ ਤਿਲ ਨਿਕਲੀ ਤੇ ਮੈਂ ਤਿਲ ਹੀ ਪਾਈ ਆ। ਹਾਂਜੀ ਹਾਂਜੀ ਹਾਂਜੀ, ਨੀਲੀ ਰਾਵੀ ਦੀ। ਹਾਂਜੀ, ਤਿਲ ਦੱਸ ਕੇ ਦਿੱਤੀ ਆ, ਅਗਲੇ ਦੇ ਘਰ ਤੁਹਾਨੂੰ ਪੂਰਾ ਮਿਲਿਆ ਵਾ। ਹਾਂਜੀ, ਅਗਲੇ ਦੇ ਘਰ ਚੱਲ ਪਏ ਜਾ ਕੇ, ਉਹਦੀ ਕਿਸਮਤ ਆ। ਤੁਸੀਂ ਦੱਸਿਆ ਕਿ ਉਹ ਜਿੰਨਾ ਮੁੱਲ ਪਾਇਆ ਭਾ ਕਹਿੰਦਾ ਉਹਨੇ ਇਹਦੀ ਲੈ ਜਾਣਾ, ਮੈਂ ਤਾਂ ਉਹਨਾਂ ਚਿਰ ਨੂੰ ਵੇਖੀ ਸੀ। ਉਹਨਾਂ ਨੂੰ 7000 ਰੁਪਇਆ, ਮੇਰਾ ਵੀਰ ਜਿੰਨੇ ਖੜੀ ਉਹ ਵੀ ਵੀਡੀਓ ਵੇਖਦਾ ਹੋਊਗਾ, 7000 ਰੁਪਇਆ ਨੂੰ ਇੱਥੇ ਨਫਾ ਮਿਲਦਾ। ਠੀਕ ਆ, ਉਹ ਭਾਵੇਂ 1,00,000 ਦੀ ਵੀ ਵੇਚ ਜਾਂਦਾ ਮੇਰੇ ਕਿੱਲੇ, ਮੈਨੂੰ ਕੋਈ ਸ਼ਿਕਵਾ ਨਹੀਂ, ਉਹਦੀ ਕਿਸਮਤ ਹੀ। ਠੀਕ ਆ ਠੀਕ ਆ ਠੀਕ ਆ, ਪਸ਼ੂ ਆਪਣੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਜੀ।
ਮਾਲਕ ਦੀ ਕਿਰਪਾ ਰਹੀ ਤੇ ਭਾਵੇਂ ਚਾਰ ਪੰਜ ਸ਼ਾਮਾਂ ਤੱਕ ਹੀ ਆ ਜਾਣ। ਜੀ 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 ਜੀ, ਇਹ ਨੀ ਵੀ ਆਪਾਂ ਜਿਹੜੇ ਵੀਡੀਓ ਚ ਪਾਉਂਦੇ ਉਹ ਪਸ਼ੂ ਹੁੰਦੇ ਆ, ਵੀਡੀਓ ਤੋਂ ਬਾਹਰ ਵੀ ਵੇਖ ਜਾਂਦੇ ਆ, ਆਉਂਦਾ ਰਹਿੰਦਾ ਵਾ। ਹਾਂਜੀ, ਜਦੋਂ ਵੀ ਕੋਈ ਸੱਜਣ ਫੋਨ ਕਰਦਾ ਨਵੀਂ ਵੀਡੀਓ ਪਾ ਦਿਆ ਕਰੋ ਤੁਸੀਂ। ਹਾਂਜੀ ਪਾਵਾਂਗੇ ਭਾਜੀ ਕੋਈ ਗੱਲ। ਹਾਂਜੀ ਠੀਕ ਹੈ ਜੀ, ਤੇ ਆਹ ਦੋ ਵਹਿੜਾਂ ਤੇ ਬਾਕੀ ਆ ਝੋਟੀਆਂ ਦਿਖਾਈਆਂ ਆਪਾਂ ਤੁਹਾਨੂੰ, ਦੋ ਵਹਿੜਾਂ ਦਿਖਾਈਆਂ ਤੇ ਟੌਪ ਦੀਆਂ ਝੋਟੀਆਂ ਜਿਹਨਾਂ ਵਿੱਚ ਦੋ ਤਾਜ਼ੀਆਂ ਸੂਈਆਂ ਤੇ ਤਿੰਨ ਗੱਬਣਾ ਬਹੁਤ ਹੀ ਚੰਗੀ ਕੁਆਲਿਟੀ ਦੀਆਂ। ਤੇ ਬੇਨਤੀ ਇਹੀ ਆ ਕਿ ਜਿਹੜਾ ਸੂਇਆ ਸੋਇਆ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ, ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਂਭਾ ਨਾ ਰਹਿ ਸਕੇ। ਧੰਨਵਾਦ ਜੀ, ਵੀਡੀਓ ਕਰ ਦਿਓ ਸ਼ੇਅਰ ਜੀ।